ਗੁੱਡ ਮਾਰਨਿੰਗ, ਅਸਲਾਮੁ ਅਲੈਕਮ ਭੈਣੋ ਅਤੇ ਭਰਾਓ। ਮੈਂ ਕੋਈ ਮੰਗਣ ਵਾਲਾ ਨਹੀਂ ਹੈਗਾ ਵੀ ਤੁਸੀਂ ਸਮਝੋ ਕਿ ਮੈਂ ਮੰਗਣ ਆਇਆ, ਲੇਕਿਨ ਹਸਬੇ ਤੌਫੀਕ ਤੁਸੀਂ ਜੋ ਵੀ ਕਰ ਸਕਦੇ ਹੋ, ਜਿੰਨਾ ਜ਼ਿਆਦਾ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਵੀਡੀਓ ਨੂੰ ਲਾਈਕ ਕਰ ਸਕਦੇ ਹੋ, ਕਰ ਦਿਆ ਕਰੋ। ਅੱਲਾ ਨੇ ਤੁਹਾਨੂੰ ਬਹੁਤ ਦੇਣਾ। ਅੱਜ 26 ਦਸੰਬਰ 2023 ਆ, 2023 ਵੀ ਮੁੱਕ ਗਿਆ ਔਰ ਅੱਜ ਬੋਕਸਿੰਗ ਡੇ ਆ, ਕੱਲ੍ਹ ਕ੍ਰਿਸਮਸ ਡੇ ਸੀਗਾ। ਕੱਲ੍ਹ ਵੀਡੀਓ ਬਣਾਉਣ ਨੂੰ ਦਿਲ ਹੀ ਨਹੀਂ ਕੀਤਾ ਹੈਗਾ, ਮੌਸਮ ਬਹੁਤ ਗੰਦਾ ਸੀਗਾ ਅਤੇ ਬਲਕਿ ਕ੍ਰਿਸਮਸ ਦੀਆਂ ਅੱਧੀਆਂ ਛੁੱਟੀਆਂ ਗੁਜ਼ਰ ਗਈਆਂ ਨੇ, ਮੌਸਮ ਹੀ ਸਿੱਧਾ ਨਹੀਂ ਹੋਇਆ ਹੈਗਾ, ਐਵੇਂ ਬੇਹੰਗਮ ਜਿਹੀ ਅਤੇ ਬੇਰਬਤ ਜਿਹੀ ਨਾ ਅਤੇ ਨੌਨਸੈਂਸ ਜਿਹੀ ਬਾਰਿਸ਼ ਹੋਈ ਗਈ ਆ, ਆਂਧੀ ਜਿਹੀ ਵੀ ਚੱਲਣ ਡਈ ਸੀ, ਤੂਫਾਨ ਜਿਹਾ ਸਿਲਸਿਲਾ ਸੀਗਾ। ਅਤੇ ਅੱਜ ਬੋਕਸਿੰਗ ਡੇ ਆ, ਬੋਕਸਿੰਗ ਡੇ ਦੀ ਟ੍ਰੈਡੀਸ਼ਨ ਅੱਜ ਕੱਲ੍ਹ ਤਾਂ ਇਹ ਆ ਕਿ ਲੋਕ ਸੇਲਾਂ ਸੂਲਾਂ 'ਤੇ ਜਾਂਦੇ ਆ, ਸੇਲ ਵਗੈਰਾ ਲੱਗਦੀਆਂ ਨੇ, ਕੋਈ ਚੀਜ਼ਾਂ ਵਗੈਰਾ ਲੈਣੀਆਂ ਹੁੰਦੀਆਂ ਜਿਹੜੀਆਂ ਸਾਲ ਦੀਆਂ ਬੰਦਾ ਜਿਹੜਾ ਬੋਕਸਿੰਗ ਡੇ 'ਤੇ ਲੈਂਦਾ। ਇਹਦੀ ਰਿਵਾਇਤ ਜਿਹੜੀ ਹੈ, ਮੈਂ ਰਿਸਰਚ ਕੀਤੀ ਹੈ, ਬੋਕਸਿੰਗ ਡੇ ਬੇਸਿਕਲੀ ਟਰਮ ਯਾਦ ਹੋਈ ਸੀ 18ਵੀਂ ਸਦੀ ਅਰਾਊਂਡ 1743 ਦੇ ਵਿੱਚ, ਅਤੇ ਇਹਦਾ ਮਕਸਦ ਇਹ ਸੀਗਾ ਕਿ ਜਿਹੜੇ ਟ੍ਰੇਡਸਮੈਨ ਹੁੰਦੇ ਸੀ ਨਾ, ਉਹਨਾਂ ਨੂੰ ਆਪਣੇ ਕਸਟਮਰਸ ਤੋਂ ਅਤੇ ਇੰਪਲੋਈਜ਼ ਨੂੰ ਆਪਣੇ ਇੰਪਲੋਇਰਸ ਤੋਂ ਜਿਹੜੇ ਕ੍ਰਿਸਮਸ 'ਤੇ ਗਿਫਟ ਮਿਲਦੇ ਸੀਗੇ, ਉਹ ਕ੍ਰਿਸਮਸ ਤੋਂ ਇੱਕ ਦਿਨ ਬਾਅਦ ਮਿਲਦੇ ਸੀ, ਯਾਨੀ ਕਿ ਅੱਜ 26 ਦਸੰਬਰ ਨੂੰ। ਅਤੇ ਜ਼ਾਹਰ ਜਿਹੜੇ ਗਿਫਟ ਹੁੰਦੇ ਸੀਗੇ ਇੱਕ ਬੋਕਸ ਦੇ ਵਿੱਚ ਹੁੰਦੇ ਸੀਗੇ, ਇਸ ਲਈ ਇਹਨੂੰ ਬੋਕਸਿੰਗ ਡੇ ਕਿਹਾ ਜਾਂਦਾ ਹੈ। ਮੈਨੂੰ ਤਾਂ ਲੱਗ ਰਿਹਾ ਕਿ ਸਾਰੀ ਦੁਨੀਆ ਹੀ ਅੱਜ ਜਨਾਬ ਕ੍ਰਿਸਮਸ ਬੋਕਸਿੰਗ ਡੇ ਵਾਲੀਆਂ ਸੇਲਾਂ ਲੁੱਟਣ ਵਾਸਤੇ ਨਿਕਲ ਪਈ ਹੈ। ਰਸ਼ ਦੇਖੋ ਯਾਰ, ਟ੍ਰੈਫਿਕ ਜੈਮ ਹੋਈ ਪਈ ਆ, ਅਤੇ ਹਲੇ ਅਸੀਂ ਕੁਆਇਟ ਫਾਰ ਅਵੇ ਹਾਂ ਫਰੋਮ ਟ੍ਰੈਫਿਕ ਸੈਂਟਰ ਤੋਂ, ਟ੍ਰੈਫਰਡ ਸੈਂਟਰ। ਫਾਈਨਲੀ ਜੀ ਪਾਰਕਿੰਗ ਮਿਲ ਗਈ ਹੈ, ਬਹੁਤ ਦੂਰ ਪਾਰਕਿੰਗ ਮਿਲੀ ਹੈ, ਐਕਸਪੈਕਟਡ ਸੀਗਾ ਬੇਸਿਕਲੀ, ਬੋਕਸਿੰਗ ਡੇ ਆ, ਸਾਰੀ ਦੁਨੀਆ ਹੀ ਸੇਲਾਂ ਲੁੱਟਣ ਵਾਸਤੇ ਆਈ ਹੋਈ ਹੈ, ਅਸੀਂ ਸਮਝਿਆ ਸੀ ਅਸੀਂ ਇਕੱਲੇ ਹੀ ਹਾਂ। ਬਹਰਹਾਲ ਗੁੱਡ ਥਿੰਗ ਆ ਟ੍ਰੈਫਿਕ ਸੈਂਟਰ ਦੀ ਇੱਥੇ ਪਾਰਕਿੰਗ ਬਹੁਤ ਵਸੀ ਹੋ ਰਹੀ ਆ, ਅਤੇ ਲੱਕੀਲੀ ਬਹੁਤ ਦੂਰ ਮਿਲੀ ਹੈ ਬਟ ਪਾਰਕਿੰਗ ਮਿਲ ਗਈ ਹੈ। ਨਾਓ ਵੀ ਆਰ ਹੈਡਿੰਗ ਇਨ, ਜਿਹੜੀ ਸਾਈਡ 'ਤੇ ਅਸੀਂ ਗੱਡੀ ਪਾਰਕ ਕੀਤੀ ਹੈ, ਇੱਥੋਂ ਹੁਣ ਕਾਫੀ ਲੰਬਾ ਰਸਤਾ ਆਇਆ ਟ੍ਰੈਫਿਕ ਸੈਂਟਰ ਦੀ ਬਿਲਡਿੰਗ ਤੱਕ ਜਾਣ ਵਾਸਤੇ। ਟ੍ਰੈਫਿਕ ਸੈਂਟਰ ਬੜਾ ਅੱਛਾ ਡਿਜ਼ਾਈਨ ਕੀਤਾ ਗਿਆ, ਜਿਹਨੇ ਵੀ ਕੀਤਾ ਹੈ, ਅਤੇ ਚਾਰਾਂ ਪਾਸੇ ਬੜੀ ਵਸੀ ਹੋ ਰਹੀ ਪਾਰਕਿੰਗ ਅਵੇਲੇਬਲ ਆ, ਈਵਨ ਕਿ ਮਲਟੀ ਸਟੋਰੀ ਕਾਰ ਪਾਰਕਿੰਗ ਵੀ ਅਵੇਲੇਬਲ ਆ। ਅੱਜ ਇਸ ਸਾਈਡ ਤੋਂ ਅਸੀਂ ਹੁਣ ਜਾ ਰਹੇ ਹਾਂ ਕਿਉਂਕਿ ਅਸੀਂ ਗੱਡੀ ਦੂਰ ਬੜੀ ਦੂਰ ਪਾਰਕ ਕੀਤੀ, ਸਾਨੂੰ ਇੱਕ ਲੰਬੀ ਵਾਕ ਕਰਨੀ ਪੈ ਰਹੀ ਹੈ, ਔਰ ਇਸ ਸਾਈਡ ਤੋਂ ਜਾਣ ਵਾਸਤੇ ਸਾਨੂੰ ਜੌਨ ਲੂਵਿਸ ਦੇ ਵਿੱਚੋਂ ਦੀ ਹੋ ਕੇ ਜਾਣਾ ਪੈਣਾ ਹੈ। ਐਜ਼ ਯੂਜੂਅਲ ਜਿੱਦਾਂ ਕਿ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਕਿ ਰਸ਼ ਬਹੁਤ ਹੋਣਾ ਹੈ, ਰਸ਼ ਬਹੁਤ ਸੀਗਾ। ਬੋਕਸਿੰਗ ਡੇ ਨੂੰ ਬਹੁਤ ਸਾਰੇ ਲੋਕ ਨਾ ਸ਼ੋਪਿੰਗ ਵਾਸਤੇ ਹੀ ਇਸਤੇਮਾਲ ਕਰਦੇ ਨੇ, ਸ਼ੋਪਿੰਗ 'ਚ ਯੂਟੀਲਾਈਜ਼ ਕਰਦੇ ਨੇ। ਕੁਛ ਦੇਰ ਹੋ ਗਈ ਹੈ ਹੁਣ, ਬਹੁਤ ਸਾਰੇ ਜਿਹੜੇ ਵੱਡੇ ਬ੍ਰਾਂਡ ਨੇਮ ਨੇ, ਉਹਨਾਂ ਨੇ ਤਾਂ ਬੋਕਸਿੰਗ ਡੇ ਵਾਲੀ ਸੇਲ ਬੰਦ ਕਰਤੀ ਹੈ। ਵਜ੍ਹਾ ਜੋ ਵੀ ਹੈ, ਕਿਉਂਕਿ ਸ਼ਾਇਦ ਇਹ ਹੁੰਦਾ ਸੀਗਾ ਕਿ ਲੋਕ ਨਾ ਬੇਤਹਾਸ਼ਾ ਚੀਜ਼ਾਂ ਖਰੀਦਦੇ ਸੀਗੇ, ਈਵਨ ਟਰਾਈ ਵੀ ਨਹੀਂ ਸੀ ਕਰਦੇ ਹੈਗੇ, ਫਿਰ 2-3 ਦਿਨਾਂ ਬਾਅਦ ਜਦੋਂ ਟਰਾਈ ਕਰਦੇ ਸੀਗੇ ਫਿਰ ਧੜਾਧੜ ਵਾਪਸ ਕਰਨੀਆਂ ਸ਼ੁਰੂ ਕਰ ਦਿੰਦੇ ਸੀਗੇ। ਸੋ ਬਹੁਤ ਬਿਜ਼ੀ ਸੀਗਾ, ਆਈ ਡਿਡਨਟ ਗੈਟ ਅ ਚਾਂਸ ਟੂ ਗੋ ਥਰੂ ਦਾ ਸ਼ੋਪਸ ਕਿਹੜੀਆਂ ਅਸੀਂ ਚੀਜ਼ਾਂ ਲਈਆਂ ਨੇ, ਲਿਹਾਜ਼ਾ ਇਸ ਬਲੌਗ ਨੂੰ ਕੱਟ ਸ਼ਾਰਟ ਕਰਦੇ ਹਾਂ। ਆਪਣਾ ਬਹੁਤ ਸਾਰਾ ਖਿਆਲ ਰੱਖਿਆ, ਤੁਹਾਨੂੰ ਮੁਲਾਕਾਤ ਹੋਗੀ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਅੱਲਾ ਹਾਫਿਜ਼। Thank you.